ਮਾਤਾ ਕੋਲ ਤੁਸੀਂ ਕੌਣ ਪੁੱਛਣੇ ਬਣੇ ਆ ਮਾਤਾ ਦੱਸ ਦਸੀ ਮਾਤਾ ਕਹਿੰਦੀ ਜੇ ਤੁਸੀਂ ਪੁੱਛਦੇ ਤੇ ਸੁਣੋ ਇੱਕ ਮਾਤਾ ਸਰਕਾਰ ਦੇ ਨਾਲ ਜਵਾਬ ਸੁਣ ਕਰਦੀ ਆ ਸਰਕਾਰ ਮਾਤਾ ਦਾ ਜਵਾਬ ਸੁਣ ਕਰਦੇ ਪਿਆ ਤਾਂ ਜਿਹੜਾ ਸੁਣ ਕੇ ਕਹਿੰਦਾ ਕਿ ਮੇਰੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ ਵੀ ਨਦੀ ਯੁੱਧ ਸੈਲ ਕਰਨ ਵੀਰੀ ਨਾਮ ਦੇ ਨਦੀ ਯੁੱਧ ਸੈਲ ਕਰਨ ਵੀਰੀ ਨਾਮ ਦੇ ਤੇਰੇ ਤਰਫ ਨੇ ਕੰਮ ਸਵਾਰ ਨੇ ਬੰਦਾ ਕਿਹਦਾ ਪਾਣੀ ਹਾਲ
ਤਰਮੀ ਦਾ ਕੰਨੀ ਦਾ ਬੇੜਾ ਨਹੀਂ ਤਾਰਿਆ ਜਿਹੜੇ ਲੋਕ ਪਹਿਲਾਂ ਦੇ ਬੇੜੇ ਡੁੱਬੇ ਸੀ ਵੀ ਮੇਰੀ ਸਰਕਾਰ ਨੇ ਤਾਰ ਦਿੱਤੇ ਇੱਕ ਮਾਤਾ ਮੇਰੀ ਸਰਕਾਰ ਹੈ ਮਾਤਾ ਦਾ ਡੁੱਬਿਆ ਬੇੜਾ ਤਾਰ ਦੀ ਪਰ ਜੀ ਕਰਮ ਸਰਕਾਰ ਕਿਹੜੀ ਬੜੀ ਸਰਕਾਰ ਦਾ ਉਹ ਸੱਜੇ ਦਰਬਾਰ ਕੀ ਜੈ ਸਭ ਨੇ ਤਾੜੀ ਦਾ ਸਾਥ ਦੇਣਾ ਮੈਂ ਭੱਜੇ ਨਾਰਾ ਮਾਰਿਆ ਲਿਆ ਧਰਤੀ ਤੇ ਅਸਮਾਨ 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 ਮਾਨਿਕ ਮੰਡੀਆਂ ਮੁੱਢੀ ਦੇ ਵਗ
ਪਾਗਾ ਫਾੜੀਆਂ ਨਾਲੇ ਰੋਂਦੀ ਯਾਰੋ ਯਾਰ ਜੇ ਤੂੰ ਪੀਰ ਮੇਰਾ ਸੱਚਾ ਮੇਰਾ ਬੇੜਾ ਕਾਰ ਅੱਗੇ ਉਹ ਪੀਰ ਜੀ ਬੋਲਦੇ ਜਿਹੜੇ ਮਾਤਾ ਨਾ ਕਰਨ ਜਵਾਬ ਤੇਰੇ ਰੱਬ ਨੇ ਕੰਮ ਸਵਾਰ ਦੇ ਬੰਦਾ ਕਿਹੜਾ ਪਾਣੀ ਹਾਰ ਪੀਰ ਨੇ ਪਰਚੀ ਨਾਰਾ ਮਾਰਿਆ ਹੈ ਧਰਤੀ ਤੇ ਅਸਮਾਨ ਦੂਜਾ ਨਾਰਾ ਮਾਰ ਕੇ ਕੀਤਾ ਧਰਤੀ ਮਾਤਾ ਨੂੰ ਯਾਰ ਤੀਜਾ ਨਾਰਾ ਮਾਰ ਕੇ ਕੀਤਾ ਮੁਰਸ਼ਦ ਆਪਣਾ ਯਾਰ ਚੌਥਾ ਨਾਰਾ ਮਾਰ ਕੇ ਵੇ ਕਰਨੀ ਖੰਡੀਆਂ ਦੀ ਭਾਰ ਪੰਜਵਾਂ ਨਾਰਾ ਮਾਰ ਕੇ ਬੇੜਾ ਕੀਤਾ ਅਜੂਤ ਭਾਰ ਛੇਵਾਂ ਨਾਰਾ ਮਾਰ ਕੇ ਬੇੜਾ ਕੀਤਾ ਸੁਰ ਦਾ ਤਿਆਰ ਸੱਤਵਾਂ ਨਾਰਾ ਮਾਰ ਕੇ ਬੇੜਾ ਦੁੱਧ ਪਾਣੀ ਦੇ ਤਾਂ ਜਨਾ ਪੂਰੀ ਮੇਰੇ ਨਾਮ ਕਰਨੇਗਾ ਵਰਲਡ ਬਾਦੇ ਮਹਾਨ ਬਨ ਸਰਦੀ ਵੇਦੀ ਖੰਡੇ ਲਿਖੀ ਨਾ ਪਾਣੀ ਨਾਲ ਅਲੇ ਜੰਨੀ ਕਹਿੰਦੇ ਜੰਜ ਦੇ ਬੇੜਾ ਹੈ ਨਹੀਂ ਜੰਜ ਦੇ ਨਾਲ ਮੇਰੀ ਅੱਖੋਂ ਕੇ ਦੇਗਾ ਚਾਹ ਜਦੋਂ ਪਹੁੰਚੂ ਕੀ ਕਰਵਾ ਰੇ ਕਾਕਾ ਜੜ ਕੇ ਮੰਗਦੇ ਤੇਰੀ ਹੋ ਜੋ ਜੈ ਕੈ ਕਾਰ ਫਿਰ ਭਗਦਾਦ ਦੇ ਆ ਪੀਰਾਂ ਵੇ ਤਰ ਤਰ ਤੇ ਭਗਦਾਦ ਦੇ ਆ ਕਲਨਾ ਤੋੜੀ ਲੱਗੀ ਪਰੀ ਤੇ ਨਾ ਮਸਾ ਤੇ ਆਪਾ
I'm
ਜਦੋਂ ਭਗਵਾਨ ਨੇ ਗੋਗਲ ਦਾ ਨਾਮ ਸੁਣਿਆ ਜਗਦੰਬ ਧਾਮਾ ਜਿੱਤੇ ਆ ਗਿਆ ਭਗਵਾਨ ਉਸੇ ਸਿਆਸਣ ਤੋਂ ਉੱਠੇ ਜਾ ਕੇ ਜੱਫੀ ਪਾਲੀ ਆਪਣੇ ਸਿਆਸਣ ਤੇ ਬਿਠਾਲਿਆ ਚਰਨ ਧਵਾਏ ਸਾਰੀਆਂ ਗਰੀਬੀਆਂ ਕੱਢ ਦਿੱਤੀਆਂ ਪਿਆਰੇ ਸਹਿ ਸੰਗ ਜੀ ਕੀ ਲੈਣਾ ਵੱਡਿਆ ਬਣ ਕੇ ਮੇਰਾ ਸਤਿਗੁਰੂ ਯਾਰ ਗਰੀਬਾਂ ਦਾ ਉਹ ਮੀਰਾਂ ਦੀ ਉਹ ਕੋੜ ਨਹੀਂ ਦਿੰਦਾ ਗਰੀਬਾਂ ਦੀ ਕੁੱਲੀ ਵਿੱਚ ਹਰ ਵੇਲੇ ਰਹਿੰਦਾ ਜਦ ਧੰਨਾ ਉਹਨ ਦਿਲੋਂ ਪੁਕਾਰੇ ਫਿਰ ਆਪੇ ਧੰਨੇ ਦੇ ਡੰਗਰ ਚਾਰੇ ਨਾਲੇ ਚੁੱਪੇ ਗੱਡੇ ਮੈਂ ਮਾਰੇ ਜਮਨ ਸਾਹਿਬ ਜਿਨ੍ਹਾਂ ਦੀਆਂ ਮੰਨੇ ਕਿਤੇ ਸਾਨੂੰ ਵੀ ਮਨਾ ਤੇ ਬਾਬਾ ਧੰਨਿਆ ਤੇਰੇ ਖੂਤੇ ਰੱਬ ਵਸਦਾ ਤੇਰੀ ਟੁੱਟੀ ਜੀ ਮੰਜੀ ਤੇ ਆ ਕੇ ਬਹਿ ਗਿਆ ਸੱਜੇ ਦਰਬਾਰ ਕੀ ਮੀਆਂ ਬੀਬੀ ਆਪਸ ਵਿੱਚ ਗੱਲ ਕਰ ਰਹੇ ਨੇ ਭੋਲੇਨਾਥ ਤੇ ਮਾਤਾ ਗੌਰਾ ਜੀ ਮਾਤਾ ਗੌਰਾ ਜੀ ਕਹਿੰਦੀ ਕਹਿੰਦੀ ਤੁਸੀਂ ਮੇਰੇ ਕੋਲ ਬੈਠੇ ਤਾਂ ਹੈ ਨਹੀਂ ਹੋ ਆਪਣੀ ਮਸਤੀ ਵਿੱਚ ਰਹਿੰਦੇ ਆ ਥੋੜਾ ਫਿਰਦਾ ਜੰਗਲ ਮੜੀਆਂ ਸਭੇ ਤਾੜੀ ਦਾ ਸਾਥ ਦੇ ਘਰ ਦਾ ਮਸਲਾ ਆਪਸ ਵਿੱਚ ਮੀਆਂ ਬੀਬੀ ਗੱਲ ਕਰ ਰਹੇ ਨੇ ਭੋਲੇਨਾਥ ਤੇ ਮਾਤਾ ਗੌਰਾ ਜੀ ਜੰਗਲ ਮੜੀਆਂ ਹੱਥੀ ਜਖਣ ਤੜੀਆਂ ਉਹ ਸੁੱਕ ਗਿਆ ਮੇਰਾ ਕਹਿੰਦੀਆਂ ਸੁੱਕ ਗਿਆ ਮੇਰਾ ਸੁੱਖ ਸੁੱਖ ਬੋਲਿਆ ਸੈਨ
ਉਹਦੇ ਨਾਲ ਕੰਮ ਬੱਚਿਆਂ ਨੂੰ ਨਹਾ ਲਈ ਤਾਂ ਬੱਚਿਆਂ ਨੂੰ ਸੁੰਗੜ ਜਾਣ ਤੇ ਕੱਪੜੇ ਦੇ ਮੀਠ ਆ ਜਾਣ ਪੈਣੀ ਸਾਸ ਕੇ ਦਿਓ ਜਿੰਨਾ ਗੁਣ ਪਾਉਣਾ ਉਹਨਾ ਮਿੱਠਾ ਹੋਣਾ ਲਾਗਤ 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 ਹੈ ਊਠ ਤਬੈ ਬਤ ਸੂਬ ਤੇ ਜਾਗ ਤੇ ਮਨ ਤੂਹੇ ਚਤਾਵੇ ਬੈਠਾ ਰਹਿ ਤੂੰ ਸੁਰਤ ਟਕਾ ਕੇ ਸਭ ਤੋਂ ਵੱਡੀ ਆਪੇ ਅੱਖਾਂ ਬਣ ਗਏ ਤੋ ਤੋ ਮਨ ਆਪਣਾ ਨਿਸ਼ਕਾ ਲੈ ਸਤਿਗੁਰ ਤੇਰੀਆਂ ਪਾਵੜੀਆਂ ਸੰਤਾਲੀ ਦਾ ਸਾਥ ਜਣਾ ਵੱਡੀ ਮਾਰੀ ਬਸ ਕੱਲੀ ਹੀ ਅੱਜ ਕੱਲੀ ਰਾਹ ਸਕ ਸਕ ਤੇ ਉਹ ਤੇ ਆਵਾਜ਼ ਮੇਰੀ ਕਰੀ ਸਲਾਮ ਮੇਰੇ ਪੀਰ ਨੂੰ
ترجمة
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 سيكون